ਕੱਲ ਨਈ ਦਿੱਲੀ ਰਕਾਬਗੰਜ ਗੁਰਦੁਆਰਾ ਸਾਹਿਬ ਅਸੀਂ SKM ਨੌਨ ਪੋਲੀਟੀਕਲ ਮੀਟਿੰਗ ਕਰੂਗਾ। ਉਹਦੇ ਤੋਂ ਬਾਅਦ 2 ਵਜੇ ਦੋਵੇਂ ਫੋਰਮ ਜਿਹੜੇ ਆ PC ਕਰਨਗੇ। ਜਿਹੜਾ ਐਲਾਨ ਹੋਇਆ ਹੈਗਾ 26 ਨਵੰਬਰ ਤੋਂ ਸ੍ਰੀ ਡੱਲੇਵਾਲ ਸਾਹਿਬ ਉੱਥੇ ਖਨੌਰੀ ਬਾਰਡਰ 'ਤੇ ਮਰਨਵਰਤ 'ਤੇ ਬੈਠਣਗੇ, ਔਰ 6 ਦਸੰਬਰ ਨੂੰ ਜਿਹੜਾ ਵਾ ਸ਼ੰਭੂ ਮੋਰਚੇ ਤੋਂ ਜਿਹੜਾ ਵਾ ਦਿੱਲੀ ਵੱਲ ਨੂੰ ਜਥਾ ਕੂਚ ਕਰੂਗਾ। ਇਹਦਾ ਬਲੂ ਪ੍ਰਿੰਟ ਕੀ ਹੈਗਾ ਹੋਰ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊ। ਇਹਦੇ ਨਾਲ ਦੀ ਨਾਲ ਜਿਹੜਾ 26 ਨਵੰਬਰ ਤੋਂ ਬਾਅਦ ਅਸੀਂ ਐਲਾਨ ਕੀਤਾ ਹੈਗਾ ਵੀ ਉਦੋਂ ਬਾਅਦ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰ ਜਿੱਥੇ-ਜਿੱਥੇ ਵੀ ਜਾਣਗੇ, ਜਿੱਥੇ-ਜਿੱਥੇ ਵੀ ਉਹ ਜਾਣਗੇ ਉੱਥੇ-ਉੱਥੇ ਉਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਜਾਊਗੀ। ਉਹਦੇ ਪਿੱਛੇ ਸਾਡਾ ਮਨੋਰਥ ਹੋਊਗਾ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਵੀ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ ਹੈਗੇ। ਇਹਦੇ ਨਾਲ ਦੀ ਨਾਲ ਹੁਣ ਜਦੋਂ ਮਹਾਰਾਸ਼ਟਰ, ਝਾਰਖੰਡ ਦੇ ਅਤੇ ਹੋਰਨਾਂ ਸੂਬਿਆਂ 'ਚ ਬਾਈ-ਇਲੈਕਸ਼ਨ ਖਤਮ ਹੋ ਗਿਆ ਤਾਂ ਹੁਣ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਸਰਕਾਰ ਹੁਣ ਮੰਦਰ ਮਸਤ ਦੀ ਨੀਤੀ ਛੱਡੂਗੀ ਚੰਦ ਦਿਨਾਂ ਵਾਸਤੇ। ਉਦੋਂ ਤੱਕ ਮੰਦਰ ਮਸਤ ਹਿੰਦੂ ਮੁਸਲਿਮ ਦੀ ਰਾਜਨੀਤੀ ਛੱਡੀ ਜਾਊ ਜਿੰਨੀ ਦੇਰ ਤੱਕ ਅਗਲੇ ਇਲੈਕਸ਼ਨ ਆ ਨਹੀਂ ਜਾਂਦੇ ਹੈਗੇ। ਅੱਜ ਹੁਣ ਹਿੰਦੂ ਟੈਲੀਵਿਜ਼ਨਾਂ 'ਤੇ ਖਤਰੇ 'ਚ ਨਹੀਂ ਨਜ਼ਰ ਆਉਣਾ, ਇਹਦੋਂ ਗਾਹਾਂ ਜਾ ਕੇ ਫਿਰ ਜਦੋਂ ਅਗਲੀ ਇਲੈਕਸ਼ਨ ਆ ਗਈ ਫਿਰ ਹਿੰਦੂ ਖਤਰੇ 'ਚ ਆਉਣਾ। ਇਹ ਵੋਟਾਂ ਦਾ ਫਿਰਕੂ ਧਰੁਵੀਕਰਨ ਕਰਨ ਵਾਸਤੇ ਸਮੇਂ ਦੇ ਹਾਕਮ ਚਾਲਾਂ ਚੱਲਦੇ। ਕਦੀ ਵੀ ਮੋਦੀ ਸਰਕਾਰ 11 ਸਾਲਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਰੱਖਦੀ ਵੀ ਉਹ ਵਿਕਾਸ ਦੇ ਨਾਂ 'ਤੇ ਜਿਹੜਾ ਵਾ ਉਹ ਇਲੈਕਸ਼ਨਾਂ ਜਿੱਤੇ, ਵਿਕਾਸ ਦਾ ਨਾਂ ਲਵੇ। ਕੀ ਕੀਤਾ ਉਹਨੇ ਦੇਸ਼ ਵਾਸਤੇ? ਔਰ ਅੱਜ ਰੁਪਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੋਜੀਸ਼ਨ 'ਤੇ ਪਹੁੰਚਾ ਹੈਗਾ। ਔਰ ਪਹਿਲੋਂ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਵੀ ਜੇ ਰੁਪਈਆ ਡੁੱਬ ਗਿਆ ਤਾਂ ਫਿਰ ਇਹਦਾ ਮਤਲਬ ਆ ਸਾਡਾ ਦੇਸ਼ ਡੁੱਬ ਗਿਆ, ਉਹ ਕਹਿੰਦੇ ਸੀ। ਅੱਜ ਰੁਪਈਏ ਦੇ ਅੱਜ ਦੂਜੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨਾਲੋਂ ਵੀ ਸਾਡੀ ਪੋਜੀਸ਼ਨ ਮਾੜੀ ਹੋਈ ਪਈ ਆ। ਔਰ ਜਿਵੇਂ ਮਹਿੰਗਾਈ ਦੇਸ਼ ਵਿੱਚ ਵੱਧ ਰਹੀ ਹੈਗੀ ਆ, ਬੇਰੁਜ਼ਗਾਰੀ ਵੱਧ ਰਹੀ ਹੈਗੀ, ਉੱਧਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ। ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਨਿਬੇੜਾ ਨਹੀਂ ਹੋ ਜਾਂਦਾ।